ਮੈਂ ਨਹੀਂ ਦੇਖਣਾ ਹੋਏ ਕੈਮਰਾ ਫੇਸ ਨਹੀਂ ਕਰਨਾ ਲਾਈਵ ਹੈ ਲਾਈਵ ਹੈ ਨਹੀਂ 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 ਲਾਈਵ ਨਹੀਂ ਹੈ ਰਿਕਾਰਡਡ ਹੈ ਵਧੀਆ ਕੁਝ ਮੇਰੀ ਕੋਲ ਲਾਈਵ ਚੱਲ ਰਿਹਾ ਸਰ ਓ ਮਾਈ ਗੋਡ ਕਹਿੰਦਾ ਅਸੀਂ ਹੱਸੇ ਵੀ ਹਾਂ ਅਸੀਂ ਰੋਏ ਵੀ ਹਾਂ ਕਈਆਂ ਨੂੰ ਪਾਇਆ ਵੀ ਆ ਅਤੇ ਕਈ ਇਨਸਾਨ ਖੋਏ ਵੀ ਆ ਚਲੋ ਲੰਘ ਚੱਲਿਆ ਵੀ ਸਾਲ ਜਾਂਦੇ ਉਹ ਚਲੋ ਲੰਘ ਚੱਲਿਆ ਵੀ ਸਾਲ ਜਾਂਦੇ ਬਸ ਯਾਦਾਂ ਤਾਂ ਹੁਣ ਤਸਵੀਰਾਂ ਹੀ ਆ ਬਸ ਹੁਣ ਯਾਦਾਂ ਤਸਵੀਰਾਂ ਹੀ ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ ਜੇ ਨਾ ਮਾਣੀਆਂ ਟੋਲਦਾਰ ਵੀ ਚਲੇ ਜਾਵਾਂਗੇ ਨਾ ਮੁੜ ਆਵਾਂਗੇ ਵਾਰੀ ਵਾਰੀ ਦਰ ਪਾਵੇਂ ਖੋਲਦਾਰ ਵੀ ਮਿੱਠੀ ਯਾਦ ਹੈਗੀ ਹੈ ਕਿ ਮੈਂ ਕਿਆ ਬੋਲੂ ਮੇਰੀ ਕੋਈ ਮਿੱਠੀ ਯਾਦ ਨਹੀਂ ਮੈਡਮ ਕਿੰਨੇ ਹਾਸੇ ਗਏ ਕਿੰਨੇ ਰੋਸੇ ਗਏ ਕਿੰਨਾ ਦੁੱਖ ਸੁੱਖ ਇਸਦੇ ਨਾਲ ਗਿਆ ਸਾਡੇ ਮੋਹ ਦੀਆਂ ਤੰਦਾਂ ਪੱਕੀਆਂ ਕਰਦਾ ਅੱਜ ਹੋਰ ਗੁਜ਼ਰ ਇੱਕ ਸਾਲ ਗਿਆ ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਸੁਮਨਜੀਤ ਜੀ ਸਵਾਗਤ ਕਰਦੀ ਹਾਂ 2019 ਨੂੰ ਅਲਵਿਦਾ ਕਹਿੰਦੇ ਹੋਏ 2020 ਦਾ ਨਿੱਘਾ ਸਵਾਗਤ ਕਰਦੇ ਹਾਂ ਅਤੇ ਅੱਜ ਡੇਲੀ ਪੋਸਟ ਪੰਜਾਬੀ ਦੀ ਟੀਮ ਦੇ ਨਾਲ ਗੱਲਬਾਤ ਕਰਾਂਗੇ 2019 ਜਾਂ 2018 ਜਾਂ ਕਿਸੇ ਵੀ ਸਾਲ ਦੀ ਗੱਲ ਕਰਾਂ ਤਾਂ ਹਰ ਸਾਲ ਜਿਹੜਾ ਹੈ ਤੁਹਾਨੂੰ ਜਾਂ ਸਾਨੂੰ ਕੁਝ ਖੱਟੀਆਂ ਅਤੇ ਕੁਝ ਮਿੱਠੀਆਂ ਯਾਦਾਂ ਦੇ ਜਾਂਦਾ ਜਾਂ ਕੁਝ ਸਿਖਾ ਕੇ ਜਾਂਦਾ ਜਾਂ ਕੁਝ ਦੂਸਰਿਆਂ ਨੂੰ ਜਾਂ ਸਾਨੂੰ ਕੁਝ ਸਿਖਾ ਕੇ ਜਾਂਦਾ ਅਤੇ ਅੱਜ ਆਪਣੀ ਟੀਮ ਤੋਂ ਜ਼ਰੂਰ ਜਾਣਾਂਗੇ ਕਿ ਡੇਲੀ ਪੋਸਟ ਪੰਜਾਬੀ ਦੀ ਟੀਮ ਦਾ 2019 ਦਾ ਤਜ਼ਰਬਾ ਕਿਸ ਤਰ੍ਹਾਂ ਦਾ ਹੈ ਕੀ ਸਿੱਖਿਆ ਕੀ ਸਿਖਾਇਆ ਦੋ ਹਜ਼ਾਰ ਵੀਹ ਆਉਣ ਵਾਲਾ ਪਰ 2019 ਕਿਹੜੀਆਂ ਯਾਦਾਂ ਦੇਖੀ 2019 ਚ ਮੇਰਾ ਵਿਆਹ ਹੋਇਆ ਤੇ ਇਹੀ ਮੇਰੇ ਲਈ ਪਤਾ ਪੁੱਛੋ ਵੀ ਇਹ ਮੁਬਾਰਕ ਹੈ ਸਾਲ ਡੇਢ ਸਾਲ ਬਾਅਦ ਸੁਮਨ ਪੁੱਛਾਂਗੇ ਵੀ ਇਹ ਅਗਲੇ ਸਾਲ ਇਹਨੂੰ ਮੁਬਾਰਕ ਦੱਸੂਗਾ ਕਿ ਕੁਛ ਹੋਰ ਦੱਸੂਗਾ ਸਾਡਾ ਫਿਲਹਾਲ ਤਾਂ ਮੇਰੇ ਲਈ 2019 ਚ ਮੁਬਾਰਕ ਹੀ ਆਈ ਹੈ ਤੇ ਮੇਰੇ ਵੱਲੋਂ ਇਹੀ ਮੈਸੇਜ ਹੈ ਸਾਰਿਆਂ ਨੂੰ ਹੈਪੀ ਨਿਊ ਈਅਰ ਆਪਾਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਹੈਪੀ ਨਿਊ ਈਅਰ ਇਹਦਾ ਜਸਪ੍ਰੀਤ ਸਰ 2019 ਕੀ ਮਿੱਠੀ ਯਾਦ ਜਾਂ ਫਿਰ ਕੀ ਕੌੜੀ ਯਾਦ ਹੈਗੀ ਦੇਖੋ ਜੀ 2019 ਜਿਹੜਾ ਹੈ ਉਹ ਮੇਰਾ ਡੇਲੀ ਪੋਸਟ ਦੇ ਵਿੱਚ ਜੁਆਇਨਿੰਗ ਹੋਈ ਔਰ ਇੱਕ ਪਰਿਵਾਰ ਨਵਾਂ ਮੈਨੂੰ ਇੱਥੇ ਮਿਲਿਆ ਔਰ ਬਹੁਤ ਅੱਛਾ ਪਿਆਰ ਮਿਲਿਆ ਇੱਥੇ ਔਰ ਸਾਰੇ ਦਰਸ਼ਕਾਂ ਨੂੰ ਡੇਲੀ ਪੋਸਟ ਦੇ 2020 ਨਵੇਂ ਸਾਲ ਦੀਆਂ ਮੁਬਾਰਕਾਂ ਐਂਟਰਟੇਨਮੈਂਟ ਟੀਮ ਦਾ ਕੀ ਕਹਿਣਾ ਹੈ 2019 ਕਿਹੜੀ ਮਿੱਠੀ ਆ ਕਿਹੜੀ ਕੌੜੀ ਯਾਦ ਦੇ ਕੇ ਗਏ ਆ ਕੀ ਸਿਖਾ ਕੇ ਗਿਆ 2019 ਰੰਧਾਵਾ ਬ੍ਰਦਰਸ ਐਂਡ ਐਲੀ ਮੰਗਤ ਦੀ ਜੋ ਕੰਟਰੋਵਰਸੀ ਹੋਈ ਸੀ ਖਾਸ ਕਰਕੇ ਨੌਜਵਾਨ ਉਹਨੂੰ ਯਾਦ ਰੱਖਣਗੇ ਕਿਉਂਕਿ ਰੰਮੀ ਰੰਧਾਵਾ ਨੂੰ ਲੱਗਦਾ ਹੈ ਕਿ ਉਹ ਜਿੱਤਿਆ ਆ ਪਰ ਲੇਕਿਨ ਉਹ ਜਿੱਤਿਆ ਨਹੀਂ ਹੈਗਾ ਉਹ ਹਾਰਿਆ ਤਾਂ ਇੱਕ ਹੋਰ ਗੱਲ ਹੈਗੀ ਆ ਜੋ ਨਨਕਾਣਾ ਸਾਹਿਬ ਜਾਣ ਲਈ ਜੋ ਰਸਤਾ ਖੁੱਲ੍ਹਿਆ ਹੈਗਾ ਆ ਉਹਨੂੰ ਹਮੇਸ਼ਾ ਲੋਕ ਯਾਦ ਰੱਖਣਗੇ ਇਹ ਤਾਂ ਇਤਿਹਾਸਕ ਪਲ ਹੈ ਜੋ ਕਦੀ ਵੀ ਨਹੀਂ ਭੁਲਾਇਆ ਜਾ ਸਕਦਾ 2019 ਦਾ ਇਤਿਹਾਸਕ ਪਲ ਹੈ ਬਾਕੀ ਟੀਮ ਮੈਂਬਰਸ ਤੋਂ ਵੀ ਪੁੱਛ ਲੈਂਦੇ ਹਾਂ ਕਿ 2019 ਕੀ ਯਾਦ ਦੇ ਕੇ ਜਾਂ ਫਿਰ ਕੀ ਸਿਖਾ ਕੇ ਗਿਆ ਸਭ ਤੋਂ ਟੈਲੈਂਟਡ ਬੰਦੇ ਦੇ ਨਾਲ ਜ਼ਰੂਰ ਗੱਲ ਕਰਨੀ ਬਣਦੀ ਹੈ ਚਾਹੇ ਉਹ ਗੱਲ ਕਰਨਾ ਚਾਹੁੰਦਾ ਜਾਂ ਨਹੀਂ
2019 ਦੀ ਯਾਦ ਹੈ ਸਿਵਾਏ ਨੌ ਖਾਣ ਤੋਂ ਜਾਂ ਕੁਝ? ਨੌ ਖਾ ਖਾ ਕੇ ਸਾਡਾ ਮੁੰਡਾ ਇੱਦਾਂ ਦਾ? ਨਹੀਂ ਮਤਲਬ ਟਿਕਟੋਕ 'ਤੇ ਕਾਫੀ ਸਕਸੈਸ ਮਿਲਿਆ ਵਾ ਮੈਨੂੰ, ਜੋ ਕਿ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਸਾਰਿਆਂ ਨੇ ਸਾਥ ਦਿੱਤਾ ਅਤੇ ਕੁਝ ਲਾਈਨਾਂ ਮੈਂ ਜੋ ਸ਼ੇਅਰ ਕਰਨਾ ਚਾਹੂੰਗਾ ਹੈ ਨਾ, ਕਿ ਕਹਿੰਦਾ ਅਸੀਂ ਹੱਸੇ ਵੀ ਹਾਂ ਅਸੀਂ ਰੋਏ ਵੀ ਹਾਂ, ਕਈਆਂ ਨੂੰ ਪਾਇਆ ਵੀ ਆ ਅਤੇ ਕਈ ਇਨਸਾਨ ਖੋਏ ਵੀ ਆ। ਚਲੋ ਲੰਘ ਚੱਲਿਆ ਵੀ ਸਾਲ ਜਾਂਦੇ, ਉਹ ਚਲੋ ਲੰਘ ਚੱਲਿਆ ਵੀ ਸਾਲ ਜਾਂਦੇ, ਬਸ ਯਾਦਾਂ ਤੁਹਾਨੂੰ ਤਸਵੀਰ ਆਈਆਂ, ਬਸ ਹੁਣ ਯਾਦਾਂ ਦਾ ਤਸਵੀਰ ਆਈਆਂ। ਮਤਲਬ ਟਿਕਟੋਕ ਸਟਾਰ ਨੇ ਟਿਕਟੋਕ ਸਟਾਈਲ ਦੇ ਵਿੱਚ ਹੀ ਨਵੇਂ ਸਾਲ ਦੀ ਵਧਾਈ ਦਿੱਤੀ। ਹਾਂਜੀ, ਇੱਕ ਟਿਕਟੋਕ ਸਟਾਰ ਹੋਰ ਇੱਥੇ ਮੌਜੂਦ ਹੈ, ਸਿੰਗਰ ਵੀ ਹੈ ਟਿਕਟੋਕ ਸਟਾਰ ਵੀ ਹੈ, ਚਾਹੇ ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ। ਨਵੇਂ ਸਾਲ ਦੀਆਂ ਸਾਰਿਆਂ ਨੂੰ ਵਧਾਈਆਂ ਡੇਲੀ ਪੋਸਟ ਵੱਲੋਂ। ਸਿੰਗਰ ਸਾਹਿਬ ਗਾ ਕੇ ਗੀਤ ਦੇ ਅੰਦਾਜ਼ ਦੇ ਵਿੱਚ। ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ, ਜੇ ਨਾ ਮਾਣੀਆਂ ਟੋਲਦਾਰ ਵੀ, ਚਲੇ ਜਾਵਾਂਗੇ ਨਾ ਮੁੜ ਆਵਾਂਗੇ, ਵਾਰੀ ਵਾਰੀ ਦਰ ਪਾਵੇਂ ਖੋਲਦਾਰ ਵੀ। 2019 ਦੀਆਂ ਯਾਦਾਂ ਸਾਰੀਆਂ ਹੀ ਬਹੁਤ ਵਧੀਆ ਨੇ, ਡੇਲੀ ਪੋਸਟ ਦੇ ਨਾਲ ਜੁੜੇ ਹੋਏ ਕਾਫੀ ਟਾਈਮ ਹੋ ਚੁੱਕਿਆ ਵਾ, ਸਾਰਿਆਂ ਨਾਲ ਇੱਕ ਬੌਂਡ ਹੋ ਗਿਆ ਇੱਥੇ, ਬਹੁਤ ਵਧੀਆ ਯਾਦਾਂ ਹੁਣ ਤੱਕ ਬਣੀਆਂ ਨੇ, ਇੱਦਾਂ ਹੀ ਬਣੀਆਂ ਰਹਿਣ ਅਤੇ ਸਾਰਿਆਂ ਨੂੰ ਹੈਪੀ ਨਿਊ ਈਅਰ। ਜੀਣ ਦਾ ਪਤਾ ਲੱਗ ਗਿਆ ਕਿ ਲਾਈਫ ਕਿਵੇਂ ਜੀ ਜਾਂਦੀ ਆ, ਇਹਦੇ ਬਹੁਤ ਐਕਸਪੀਰੀਅੰਸ ਰਿਹਾ ਜੀ। ਕੋ ਆਪ ਹਿੰਦੀ ਮੇਂ ਬਾਤ ਕਰਤੇ ਹੋ ਤੋ ਹਿੰਦੀ ਮੇਂ ਪੁੱਛੇ ਕਿ ਪੰਜਾਬੀ ਚ ਕਰ ਲਈਏ? ਪੰਜਾਬੀ ਚ ਕਰ। ਵਾਹ, ਸਿੱਖ ਗਈ ਹੈ ਪੰਜਾਬੀ, ਹੈ ਨਾ? ਹਾਂਜੀ। ਚਲ ਕੀ ਸਿਖਾਤਾ 2019 ਨੇ, ਕਿਹੜੀ ਮਿੱਠੀ ਯਾਦ ਹੈ? ਮੇਰੀ ਮਿੱਠੀ ਯਾਦ ਹੈ ਹੈਗੀ ਕਿ ਮੈਂ ਕਿਆ ਬੋਲੂੰ, ਮੇਰੀ ਕੋਈ ਮਿੱਠੀ ਯਾਦ ਨਹੀਂ ਮੈਡਮ। ਕਿੱਦਾਂ ਦਾ ਰਿਹਾ 2019? ਹਾਂ, 2019 ਮੇਰਾ ਬਹੁਤ ਅੱਛਾ ਰਹਾ। 2019 ਮੈਂ ਮੇਰੀ ਸ਼ਾਦੀ ਹੋਈ, ਜੋ ਕਿ ਇੱਕ ਮੇਰੀ ਲਾਈਫ ਕਾ ਟਰਨਿੰਗ ਪੁਆਇੰਟ ਥਾ, ਔਰ ਮੇਰੀ ਤਰਫ ਸੇ ਸਭੀ ਡੇਲੀ ਪੋਸਟ ਪੰਜਾਬੀ ਕੇ ਦਰਸ਼ਕੋ ਕੋ ਹੈਪੀ ਨਿਊ ਈਅਰ। 2019 ਜਦੋਂ ਯਾਦ ਕਰੋਗੇ ਤਾਂ ਸਿੱਧੂ ਮੂਸੇਵਾਲੇ ਦੀ ਕਰਨ ਔਜਲੇ ਦੇ ਨਾਲ ਲੜਾਈ, ਐਲੀ ਦੀ ਰੰਧਾਵਾ ਬ੍ਰਦਰਸ ਦੀ ਲੜਾਈ, ਇਹ ਲੜਾਈਆਂ ਯਾਦ ਰਹੇ? ਹਾਂਜੀ ਹਾਂਜੀ, ਇਹ ਲੜਾਈਆਂ ਬਹੁਤ ਯਾਦ ਰਹਿਣਗੀਆਂ। ਵਧੀਆ ਵੀ ਸੀਗੀਆਂ, ਪਰ ਇੰਨਾ ਵਧੀਆ ਕੀ ਸੀ ਮੈਡਮ ਇਹਦੇ 'ਚ? ਇਹਦੇ ਵਿੱਚ ਵਧੀਆ ਇਹ ਸੀਗਾ ਕਿ ਲੋਕ ਉਹਨਾਂ ਦਾ ਨਾ ਗਲਤ ਫਾਇਦਾ ਉਠਾ ਰਹੇ ਸੀਗੇ। ਬਹੁਤ ਵਧੀਆ ਰਿਹਾ। ਬਹੁਤ ਵਧੀਆ ਰਿਹਾ? ਕਿੰਨਾ ਵਧੀਆ ਰਿਹਾ? ਕੁਛ ਅੱਛਾ ਰਿਹਾ, ਕੁਛ ਬੁਰਾ ਰਿਹਾ। ਸਾਰਿਆਂ ਨੂੰ ਆਉਣ ਵਾਲੇ ਨਵੇਂ ਸਾਲ ਦੀਆਂ ਮੁਬਾਰਕਾਂ, ਅਤੇ ਜਿਹੜਾ ਨਿਕਲ ਗਿਆ ਉਹਦੇ ਗਮ ਭੁਲਾ ਦਿਓ, ਖੁਸ਼ੀਆਂ ਯਾਦ ਰੱਖੋ ਅਤੇ ਨਵੀਆਂ ਖੁਸ਼ੀਆਂ ਕ੍ਰੀਏਟ ਕਰੋ ਆਪਣੀ। ਮੈਂ ਨਹੀਂ ਦੇਖਣਾ ਹੋਇਆ, ਕੈਮਰਾ ਫੇਸ ਨਹੀਂ ਕਰਨਾ। ਸਪੈਸ਼ਲੀ ਪੰਜਾਬੀ 2020 'ਚ ਉਹਨਾਂ ਦੇ ਵੀਜ਼ਾ ਲੱਗ ਜਾਣ ਅਤੇ ਉਹ ਆਪਣੇ ਸੁਪਨੇ ਜਾ ਕੇ ਬਾਹਰ ਫੁਲਫਿਲ ਕਰ ਲੈਣ। ਮੈਮ ਤੁਸੀਂ ਵੀਜ਼ਾ ਕੰਸਲਟੈਂਟ? ਨਹੀਂ ਮੈਮ, ਵੈਸੇ ਮੈਂ ਸਾਰਿਆਂ ਲਈ ਸਾਰਿਆਂ ਲਈ ਅਰਦਾਸ ਕਰ ਰਹੀ ਹਾਂ ਕਿ ਸਾਰੇ ਕੈਨੇਡਾ ਜਿਹੜੇ ਜਾਣਾ ਚਾਹੁੰਦੇ ਨੇ ਕੈਨੇਡਾ ਸਾਰੇ ਸਪੈਸ਼ਲ। ਪਤਾ ਕਿੰਨੀਆਂ ਦੁਆਵਾਂ ਮਿਲੂਗੀਆਂ ਇਸ ਤੋਂ ਬਾਅਦ? ਵਧੀਆ ਗੱਲ ਹੈ, ਮੈਨੂੰ ਲੋੜ ਵੀ ਹੈਗੀ ਦੁਆਵਾਂ ਦੀ ਇਸ ਟਾਈਮ। ਤੁਹਾਡੇ ਨਾਲ ਜਦੋਂ ਫਾਈਟ ਹੋਈ ਸੀ ਨਾ, ਉਹ ਵਾਲੀ ਕੌੜੀ ਯਾਦ ਹੈ, ਪਰ ਬਾਅਦ 'ਚ ਪੈਚਅਪ ਹੋ ਗਿਆ, ਬਹੁਤ ਮਿੱਠੀ ਯਾਦ ਹੈ। ਸਾਲ ਬਹੁਤ ਵਧੀਆ ਰਿਹਾ, ਕਾਫੀ ਕੁਝ ਸਿੱਖਿਆ, ਕਾਫੀ ਕੁਝ ਜਾਣਨ ਦਾ ਮੌਕਾ ਮਿਲਿਆ। ਉਮੀਦ ਕਰਦੇ ਹਾਂ ਕਿ ਆਉਣ ਵਾਲਾ ਸਾਲ ਵੀ ਖੁਸ਼ੀਆਂ ਖੇੜੇ ਲੈ ਕੇ ਆਵੇ ਸਭ ਦੇ ਲਈ। ਬਹੁਤ ਅੱਛਾ ਰਿਹਾ,
ਐਂਡ ਅੱਗੇ 2020 ਚ 2019 ਨਾਲੋਂ ਬੈਟਰ 2020 ਚ ਕਰਨ ਦੀ ਕੋਸ਼ਿਸ਼ ਰਹੇਗੀ। ਲਾਈਵ ਹੈ? ਲਾਈਵ ਹੈ? ਨਹੀਂ 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 ਲਾਈਵ ਨਹੀਂ ਹੈ, ਰਿਕਾਰਡਡ ਹੈ। ਅਮਨ ਸਰ ਕਿੱਦਾਂ ਦਾ ਰਿਹਾ 2020? ਰੱਬ ਨੇ ਸੁਗਾ ਦਿੱਤੀ ਇੱਕ ਬੋਏ, ਬੇਬੀ ਬੋਏ। ਬਹੁਤ ਬਹੁਤ ਮੁਬਾਰਕਾਂ ਸਰ। ਥੈਂਕ ਯੂ ਥੈਂਕ ਯੂ। ਉਮੀਦ ਕਰਦਾ 2020 ਬਹੁਤ ਵਧੀਆ ਜਾਵੇ। ਪਰ ਕੋਈ ਯਾਦ ਸਾਰੀਆਂ ਅਚੀਵਮੈਂਟਸ ਮਿਲੀਆਂ ਨੇ 2019 ਦੇ ਵਿੱਚ, ਜੋ ਐਕਸਪੈਕਟਡ ਵੀ ਨਹੀਂ ਸੀ ਕਿ ਮੈਨੂੰ ਇੱਦਾਂ ਦੀ ਓਪਰਚੁਨਿਟੀਜ਼ ਮਿਲਣਗੀਆਂ, ਉਹ ਮਿਲੀਆਂ ਨੇ ਅਤੇ ਮੈਂ ਬਹੁਤ ਖੁਸ਼ ਹਾਂ। ਔਰ ਉਮੀਦ ਕਰਦੇ ਹਾਂ ਕਿ ਜਿਹੜਾ 2020 ਹੈ ਉਹ ਵੀ ਸਾਰਿਆਂ ਲਈ ਬਹੁਤ ਵਧੀਆ ਰਹੇ, ਮੇਰੇ ਲਈ ਵੀ ਬਹੁਤ ਵਧੀਆ ਰਹੇ। ਇਟ ਵਾਸ ਕੁਆਇਟ ਡੈਸਪਰੇਟਿੰਗ ਐਂਡ ਆਈ ਹੋਪ ਦੈਟ ਦ ਨਿਊ ਈਅਰ ਵਿਲ ਕਮ with its trueness and reality and happiness and I wish all the people very happy new year. Ram Mandir isme ek bada issue tha kyunki kafi janta jo bhagwan Ram ki bhakti wo iska wait kar rahi thi but ye faisla aaya din badhiya kuch sir meri life chal gaya sir oh my god main utthe ruk gaya si 2 baje da koi na koi dasso kidda da reha do da ਮੇਰਾ ਨੋਰਮਲ ਰਿਹਾ ਨੋਰਮਲ ਰਿਹਾ ਨੋਰਮਲ ਰਿਹਾ ਦੋ ਹਜ਼ਾਰ ਉੱਨੀ ਬਹੁਤ ਵਧੀਆ ਰਿਹਾ ਅਤੇ ਸ਼ੁਭਕਾਮਨਾਵਾਂ ਸਾਰਿਆਂ ਲਈ 2020 ਵੀ। ਅੰਤਰ ਆਤਮਾ ਦੇ ਨਾਲ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ ਅਤੇ ਜਿਹੜਾ ਕੁਝ ਨਹੀਂ ਹੋ ਸਕਿਆ ਅਗਲੇ ਸਮੇਂ ਦੇ ਵਿੱਚ ਕਰੋ। ਪਰ ਜੇ 2019 ਇਤਿਹਾਸ 'ਚ ਯਾਦ ਰੱਖਿਆ ਜਾਊ ਤਾਂ ਉਹ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਕਰਕੇ ਮੈਨੂੰ ਲੱਗਦਾ ਯਾਦ ਰੱਖਿਆ ਜਾਊਗਾ। ਦੇਖੋ ਮੈਂ ਜਵਾਨ ਨਹੀਂ ਆਪਣੇ ਆਪ ਨੂੰ ਕਹਿ ਰਿਹਾ, ਪਰ ਮੈਂ ਸੀਨੀਅਰ ਤਾਂ ਨਹੀਂ ਕਹਿੰਦਾ ਵੀ ਮੈਂ ਤਾਂ ਹਜੇ ਆਪ ਸਿੱਖ ਰਿਹਾ ਪਿਆ ਹਾਂ। ਅਯੋਧਿਆ ਦਾ ਜਿਹੜਾ ਮਸਲਾ ਹੈ ਉਹ ਹੱਲ ਹੋਇਆ। ਸਾਰਿਆਂ ਨੂੰ ਮੇਰੇ ਵੱਲੋਂ 2020 ਦੀਆਂ ਬਹੁਤ ਬਹੁਤ ਮੁਬਾਰਕਾਂ, ਔਰ ਇਹੀ ਮੈਂ ਕਹਿਣਾ ਚਾਹੁੰਦਾ ਵੀ ਅਸੀਂ ਸਭ ਦੇ ਭਲੇ ਲਈ ਕੰਮ ਕਰੀਏ, ਇਨਸਾਨੀਅਤ ਲਈ ਕੰਮ ਕਰੀਏ, ਔਰ ਜਿਹੜੀਆਂ ਸਮਾਜਿਕ ਕੁਰੀਤੀਆਂ ਉਹਨਾਂ ਦੇ ਖਿਲਾਫ ਕੰਮ ਕਰੀਏ ਤਾਂ ਜੋ ਇੱਕ ਨੇਕ ਔਰ ਚੰਗਾ ਸਮਾਜ ਉਸਰ ਸਕੇ। ਜਿਸ ਬੰਦੇ ਨੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਕੈਪਚਰ ਕੀਤੀਆਂ ਨੇ ਉਹਦੀਆਂ ਸ਼ੁਭਕਾਮਨਾਵਾਂ ਤਾਂ ਲੈ ਲਈਏ। ਕੈਮਰਾਮੈਨ ਪਲਵਿੰਦਰ ਦਾ ਕੀ ਕਹਿਣਾ ਹੈ ਨਵੇਂ ਸਾਲ ਦੇ, ਸੁਪਨੇ ਵੀ ਸਨ ਵਾਧੂ, ਰੀਝਾਂ ਵੀ ਬਥੇਰੀਆਂ, ਸਭ ਕੁਝ ਉਡਾ ਕੇ ਲੈ ਗਈਆਂ ਵਕਤ ਦੀਆਂ ਹਨੇਰੀਆਂ। ਜੋ 2019 ਦੇ ਵਿੱਚ ਮੈਂ ਆਪਣਾ ਬਹੁਤ ਕੁਝ ਖੋਇਆ, ਮੈਂ ਨਹੀਂ ਚਾਹੁੰਦਾ ਕਿ ਕੋਈ ਹੋਰ ਕੋਈ ਆਪਣਾ ਖੋਵੇ। ਸੋ ਨਿੱਕੀਆਂ ਨਿੱਕੀਆਂ ਗਲਤੀਆਂ ਟਾਈਮ ਨਾਲ ਸੁਧਾਰ ਲੈਣੀਆਂ ਹੀ ਬੈਟਰ ਹੁੰਦੀਆਂ ਨੇ। ਸੋ ਤੀਰ ਕਮਾਣ ਤੋਂ ਅਤੇ ਗੱਲ ਜਵਾਨ 'ਚੋਂ ਜਦੋਂ ਨਿਕਲ ਜਾਂਦੀ ਕਦੇ ਵਾਪਸ ਨਹੀਂ ਆਉਂਦੀ। ਸੋ ਰਿਕੁਐਸਟ ਆ ਕਿ ਕਦੇ ਵੀ ਛੋਟੀਆਂ ਮੋਟੀਆਂ ਜੋ ਵੀ ਤੁਹਾਡੇ ਤੋਂ ਗਲਤੀਆਂ ਹੋਈਆਂ, ਸੋ 2019 ਦੇ ਵਿੱਚ ਆਪਣੀਆਂ ਸੁਧਾਰ ਕੇ, ਸੋ ਹੈਪੀ ਟੂ ਲਾਈਫ, ਹੈਪੀ ਨਿਊ ਈਅਰ 2020। ਇਸੇ ਤਰ੍ਹਾਂ ਉਮੀਦ ਕਰਦੇ ਹਾਂ ਕਿ 2019 ਨੂੰ ਅਲਵਿਦਾ ਕਹਿੰਦੇ ਕਹਿੰਦੇ 2020 ਦਾ ਜਦੋਂ ਨਿੱਘਾ ਸਵਾਗਤ ਕਰੀਏ ਤਾਂ ਖੁਸ਼ੀਆਂ ਖੇੜੇ ਸਾਡੇ ਦਰਵਾਜ਼ੇ ਦਸਤਕ ਦੇਣ। 2020 ਸਭ ਦੇ ਲਈ ਚੰਗਾ ਹੋਵੇ, ਭਾਗਾਂ ਵਾਲਾ ਹੋਵੇ। ਡੇਲੀਪੋਸਟ ਪੰਜਾਬੀ ਦੀ ਪੂਰੀ ਟੀਮ ਦੇ ਵੱਲੋਂ 2020 ਦੀਆਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਸੀਂ ਦੇਖਦੇ ਰਹੋ ਡੇਲੀਪੋਸਟ ਪੰਜਾਬੀ, ਕੈਮਰਾਮੈਨ ਪਲਵਿੰਦਰ ਦੇ ਨਾਲ ਸੁਮਨ ਜੇਠਲੀ। ਜੇ ਆਈ ਪੱਤ ਝੜ ਤਾਂ ਫੇਰ ਕੀਏ, ਤੂੰ ਅਗਲੀ ਰੁੱਤ 'ਤੇ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਔਰ ਸਾਰਿਆਂ ਲਈ ਇਹ ਨਵਾਂ ਸਾਲ ਖੁਸ਼ੀਆਂ ਖੇੜੇ ਲੈ ਕੇ ਆਵੇ, ਇਹੀ ਆਸ ਔਰ ਉਮੀਦ ਦੇ ਨਾਲ ਪਰਮਾਤਮਾ ਦੇ ਕੋਲ ਅਸੀਂ ਅਰਦਾਸ ਦੇ ਨਾਲ ਆਪ ਸਭ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ, ਬਹੁਤ ਬਹੁਤ ਮੁਬਾਰਕ ਪੂਰੇ ਡੇਲੀ ਪੋਸਟ ਪਰਿਵਾਰ ਦੇ ਵੱਲੋਂ। 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK, ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ। ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ, ਜਾਂ ਸਾਨੂੰ ਕਾਲ ਕਰੋ 98156508585 'ਤੇ।